श्रीकाल दोस्तों, मैं है थोड़ा अपना सुख सिंह। अज थोड़े सामने पेश कर रहे अपना बुलेट, पूरा मॉडिफाइड हो चुका है रॉयल एनफील्ड क्लासिक। भाई साहब लगा रहे ने पार्ट्स, ये बॉक्स रख दिता हो, दोनों बॉक्स लग जाने हैं। सिंह ऑटो पार्ट्स लुधियाना ਜੋ ਵੀ ਮਤਲਬ ਇੰਡੀਕੇਟਰਸ ਤੁਹਾਨੂੰ ਚਾਹੀਦੀ ਹੈ, ਜਿੱਦਾਂ ਦੀ ਆਈਟਮ ਚਾਹੀਦੀ ਹੈ ਤੁਹਾਨੂੰ ਸਾਰੀ ਅਵੇਲੇਬਲ ਹੈ। ਤਾਂ ਤੁਸੀਂ ਇਹਨਾਂ ਕਦੇ ਵੀ ਆ ਕੇ ਇੱਥੇ ਕੰਟੈਕਟ ਕਰ ਸਕਦੇ ਹੋ, ਇਹਨਾਂ ਕੋਲ ਕਾਫੀ ਸਮਾਨ ਇੱਥੇ ਅਵੇਲੇਬਲ ਹੈਗਾ ਸਿੰਘ ਆਟੋ ਪਾਰਟਸ। ਸੋ ਤੁਸੀਂ ਦੇਖ ਰਹੇ ਹੋ ਇੱਧਰ ਬੁਲਟ ਮੇਰਾ ਵੀ ਲੱਗਾ ਹੋਇਆ, ਹੋਰ ਵੀ ਲੱਗੇ ਹੋਏ ਬਾਈਕਸ, ਇਹਨਾਂ ਕੋਲ ਕਾਫੀ ਕੰਮ ਹੁੰਦਾ ਪੰਜਾਬ ਦਾ। ਸੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਔਰ ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਜੀ ਸੋ ਬਾਕੀ ਸਭ ਤੋਂ ਵੱਡੀ ਗੱਲ ਹੈ ਭਾਈ ਦਾ ਨੇਚਰ ਬਹੁਤ ਵਧੀਆ, ਡੀਲ ਬਹੁਤ ਵਧੀਆ ਕਰਨਗੇ। ਇਹ ਤੇਰੇ ਖਿਆਲ 'ਚ ਹੋਰ ਜਿੰਨੇ ਵੀ ਸ਼ੋਪਕੀਪਰਸ ਨੇ ਨਾ, ਸਾਰਿਆਂ ਤੋਂ ਵੱਧ ਥੋਕ ਦਾ ਸਮਾਨ ਤੁਹਾਨੂੰ ਇੱਥੇ ਮਿਲੇਗਾ। ਬਹੁਤ ਵਧੀਆ ਰੇਟ ਕਰਦੇ ਨੇ, ਡੀਲਿੰਗ ਬਹੁਤ ਵਧੀਆ ਭਾਈ। ਥੈਂਕ ਯੂ ਜੀ, ਥੈਂਕ ਯੂ। ਸੋ ਭਾਈ ਜਲਦੀ ਤੁਸੀਂ ਯੂਟਿਊਬ 'ਤੇ ਦੇਖੋਗੇ ਵਲੋਗ ਨੂੰ, ਅਤੇ ਵਲੋਗ ਆਪਾਂ ਬਣਾ ਰਹੇ ਹਾਂ, ਠੀਕ ਹੈ ਜੀ। ਹਾਂਜੀ ਸੋ ਇਹ ਸੀਟ ਵੀ ਇਹ ਭਾਈ ਨੇ ਫਿੱਟ ਕੀਤੀ ਹੈ। ਸੋ ਹੁਣ ਭਾਜੀ ਸਾਈਡ ਬੋਕਸ ਲਈ ਲਗਾ ਰਹੇ ਆ ਸਾਰਾ ਕੁਛ। ਹਾਂਜੀ ਦੋਸਤੋ, ਸੋ ਸਾਈਡ ਬੋਕਸ ਇੰਸਟਾਲ ਹੋ ਚੁੱਕੇ ਆ, ਤੁਸੀਂ ਦੇਖ ਰਹੇ ਹੋ ਕਾਫੀ ਵਧੀਆ ਲੱਗ ਰਹੇ ਨੇ। ਸੋ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਰ ਥੈਂਕ ਯੂ, ਨਹੀਂ ਤੁਹਾਡਾ ਥੈਂਕ ਯੂ ਸਰ, ਵੀ ਤੁਸੀਂ ਸਾਡੇ ਤੇ ਨਾ ਫੇਰ ਕੀਤਾ, ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਸਰ ਕਸਟਮਰ ਸਾਡੇ ਕੋਲ ਆਏ ਸਰ ਸੈਟਿਸਫਾਈਡ ਹੋ ਕੇ ਜਾਣਾ ਚਾਹੀਦਾ। ਬਹੁਤ ਖੁਸ਼ੀ ਹੋਈ ਹੈ, ਬਹੁਤ ਵਧੀਆ ਸੀਟ ਲਗਵਾ ਕੇ ਦਿੱਤੀ ਹੈ, ਅਤੇ ਬਹੁਤ ਵਧੀਆ ਬੋਕਸ ਲੱਗ ਚੁੱਕੇ ਆ, ਅਤੇ ਕਿਹਨੇ ਵੀ ਕੰਮ ਕਰਾਉਣਾ ਹੋਵੇ ਤਾਂ ਸਿੰਘ ਆਟੋ ਪਾਰਟਸ ਦੇ ਤੁਸੀਂ ਆ ਸਕਦੇ ਹੋ। ਖਾਸ ਕਰਕੇ ਬੁਲਟ ਦਾ ਕੰਮ ਕਰਦੇ ਨੇ, ਅਤੇ ਇਹ ਭਾਜੀ ਨੇ ਇੰਸਟਾਲ ਕੀਤੇ ਨੇ। ਸੋ ਥੈਂਕ ਯੂ ਭਾਈ ਤੁਹਾਡੇ ਬਹੁਤ ਬਹੁਤ ਉਸਦੇ ਵਿੱਚ ਆਪਾਂ ਡਰਾਈਵ ਕਰਦੇ ਹਾਂ ਤਾਂ 3 ਤੋਂ 4 ਘੰਟੇ ਦੇ ਵਿੱਚ ਥਕਾਵਟ ਹੋ ਜਾਂਦੀ ਹੈ, ਪਰ ਇਹ ਸੀਟ ਇੰਨੀ ਕੰਫਰਟੇਬਲ ਹੈ, ਜੇ ਆਪਾਂ ਇਹਦੇ ਵਿੱਚ 8 ਘੰਟੇ ਵੀ ਡਰਾਈਵ ਲਗਾਤਾਰ ਕਰਦੇ ਹਾਂ ਤਾਂ ਥਕਾਵਟ ਬਹੁਤ ਘੱਟ ਹੁੰਦੀ ਹੈ। ਜੋ ਇਸਦੀ ਬੈਕ ਰੈਸਟ ਹੈ ਅਤੇ ਇਹ ਬਹੁਤ ਕੰਫਰਟੇਬਲ ਹੈ, ਇਸਨੂੰ ਆਪਾਂ ਐਡਜਸਟ ਵੀ ਕਰ ਸਕਦੇ ਹਾਂ, ਨਿਕਲ ਵੀ ਜਾਂਦੀ ਹੈ, ਅਤੇ ਇਸ ਨੂੰ ਆਪਾਂ ਜੇ ਲਗਾਉਣਾ ਚਾਹੀਏ ਲਗਾ ਕੇ ਜਿੰਨਾ ਕੁ ਆਪਾਂ ਰੱਖਣਾ ਚਾਹੀਏ ਕਿ ਹਾਂ ਇੱਥੇ ਆਪਣੀ ਚਾਹੀਦੀ ਹੈ ਤਾਂ ਕਿੰਨੀ ਕੁ, ਬਿਲਕੁਲ ਇਸ ਤਰੀਕੇ ਨਾਲ ਆਪਾਂ ਐਡਜਸਟ ਕਰ ਸਕਦੇ ਹਾਂ। ਜੋ ਇਸ ਦੇ ਨਾਲ ਹੁੰਦਾ ਕਿ ਜੋ ਬੈਕ ਸੀਟ ਹੈ ਉਹ ਵੀ ਬਹੁਤ ਜ਼ਿਆਦਾ ਰੈਸਟਫੁੱਲ ਹੈ, ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਵੀ ਢੋਅ ਹੈਗਾ, ਬਹੁਤ ਜ਼ਿਆਦਾ ਸਟੋਪ ਸੋਫਟ ਸਟੱਫ ਹੈ ਇਹਦਾ। ਇਸ ਦੇ ਨਾਲ ਨਾਲ ਮੈਂ ਇੱਕ ਵਿੰਡਸ਼ੀਲਡ ਕਵਾਈ ਹੈ, ਜਦੋਂ ਆਪਾਂ 70-80 ਸਪੀਡ 'ਤੇ ਜਾਂਦੇ ਹਾਂ ਤਾਂ ਹਵਾ ਨੂੰ ਰੋਕਣ ਲਈ ਬਹੁਤ ਜ਼ਿਆਦਾ ਇਹ ਵੀ ਕਾਮਯਾਬ ਹੈ, ਕਿਉਂਕਿ ਹਵਾ ਜਦੋਂ ਆਪਣੀ ਲਗਾਤਾਰ ਵੱਜਦੀ ਹੈ ਤਾਂ ਉਸ ਦੇ ਨਾਲ ਵੀ ਆਪਣੀ ਥਕਾਵਟ ਪੈਦਾ ਹੁੰਦੀ ਜਦੋਂ ਆਪਾਂ ਲੌਂਗ ਰਾਈਡ 'ਤੇ ਜਾਂਦੇ ਹਾਂ। ਅਤੇ ਇਸ ਦੇ ਨਾਲ ਮੈਂ ਕੁਛ ਲਗਵਾਏ ਨੇ ਪੋਇਨੀਰ ਬੋਕਸ,
ਇਹ ਮੈਨੂੰ ਦੋਨੇ ਬਾਕਸ 30,000 ਦੇ ਪੈ ਗਏ ਹਲੇ ਮੈਂ ਬੈਕ ਬਾਕਸ ਮੰਗਵਾਉਣਾ ਅਤੇ ਉਹ ਮੈਂ ਜਲਦੀ ਹੀ ਔਡਰ ਕਰੂੰਗਾ ਕਿਉਂਕਿ ਬਜਟ ਤੋਂ ਬਹੁਤ ਜ਼ਿਆਦਾ ਬਾਹਰ ਹੋ ਰਿਹਾ ਸੀ ਇਹ ਤਕਰੀਬਨ ਪੂਰਾ ਸਮਾਨ ਜਿਹੜਾ ਇਹ ਬਾਕਸ ਵਿੱਚ ਬੈਕ ਬਾਕਸ ਦਾ 50,000 ਦੇ ਆਸ ਪਾਸ ਆਏਗਾ ਦੋਨੇ ਬਾਕਸ 30,000 ਦੇ ਨੇ ਤੋ ਤੁਹਾਨੂੰ ਇਸ 'ਤੇ ਸਪੇਸ ਦਿਖਾਉਣਾ ਇਹ ਹੈ ਜੀ ਇਸਦੀ ਸਪੇਸ ਬਹੁਤ ਜ਼ਿਆਦਾ ਸਪੇਸ ਆਪਾਂ ਨੂੰ ਮਿਲ ਜਾਂਦੀ ਹੈ ਇਸਦੀ ਆਪਾਂ ਬਹੁਤ ਵਧੀਆ ਇਸਦੇ ਵਿੱਚ ਸਮਾਨ ਰੱਖ ਸਕਦੇ ਹਾਂ ਅਤੇ ਇਸ ਦੇ ਨਾਲ ਇਹਦੇ ਵਿੱਚ ਪੋਕਿਟ ਵੀ ਜੇ ਆਪਾਂ ਪੋਕਿਟ ਦੇ ਵਿੱਚ ਕੁਛ ਰੱਖਣਾ ਚਾਹੀਏ ਤਾਂ ਇਹ ਦੇਖ ਸਕਦੇ ਹੋ ਬਹੁਤ ਵਧੀਆ ਪੋਕਿਟ ਹੈ ਵਾਟਰ ਪਰੂਫ ਨੇ ਇਸ ਦੇ ਵਿੱਚ ਆਪਾਂ ਨੂੰ ਕੋਈ ਉਹਦਾ ਡਰ ਨਹੀਂ ਹੋਏਗਾ ਕਿਤੇ ਲੋਕ ਹੋ ਜਾਂਦੇ ਨੇ ਜਾਂ ਜੇ ਆਪਾਂ ਕਿਤੇ ਬਾਹਰ ਜਾਂਦੇ ਹਾਂ ਤਾਂ ਉਸ ਦੇ ਵਿੱਚ ਵੀ ਕੋਈ ਖਤਰਾ ਨਹੀਂ ਹੈ ਲੋਕ ਹੈਗੇ ਨੇ ਪੂਰਾ ਇਹ ਇਸ ਤਰੀਕੇ ਨਾਲ ਸੋ ਇਸ ਦੇ ਨਾਲ ਆਪਾਂ ਨੂੰ ਜਿੱਦਾਂ ਕਿ ਆਪਾਂ ਇਹ ਉਤਾਰ ਕੇ ਰੱਖਣਾ ਚਾਹੀਏ ਕਿਤੇ ਤਾਂ ਇੱਥੇ ਵੀ ਇੱਕ ਸਾਈਡ ਲੋਕ ਹੈ ਇਸ ਨੂੰ ਬਸ ਲਾ ਕੇ ਉਤਾਰ ਕੇ ਰੱਖ ਸਕਦੇ ਹਾਂ ਆਪਾਂ ਅਤੇ ਇਸ ਦੇ ਨਾਲ ਨਾਲ ਤੁਸੀਂ ਇਹ ਪਹਿਲਾਂ ਪਿਛਲੇ ਬਲੋਕ ਵਿੱਚ ਦੇਖਿਆ ਹੀ ਹੈ ਕਿ ਜੋ ਮੈਂ ਇਹ ਲਾਈਟਸ ਲਗਵਾਈਆਂ ਸੀ ਜਿਹੜੀਆਂ ਕਿ ਸਫ਼ਰ ਦੇ ਵਿੱਚ ਬਹੁਤ ਕੰਫਰਟੇਬਲ ਸਹੀ ਹੁੰਦੀਆਂ ਕੁਛ ਫੋਗ ਲੈਂਪ ਸੀ ਫੋਗ ਲੈਂਪ ਲਗਵਾਏ ਹੋਏ ਨੇ ਇਸ ਦੇ ਨਾਲ ਸਾਈਡ ਇੰਡੀਕੇਟਰਸ ਹੋ ਗਏ ਹੈੱਡਲਾਈਟ ਵੱਡੀ ਹੈ ਸੋ ਟਰਨਿੰਗ ਲਗਵਾਈਆਂ ਨੇ ਕੁਛ ਸੋ ਇਹ ਚੀਜ਼ਾਂ ਸਾਰੀਆਂ ਮੈਂ ਇਸਦੇ ਵਿੱਚ ਮੋਡੀਫਾਈਡ ਕਰਾਈਆਂ ਨੇ ਇਸ ਤੋਂ ਇਲਾਵਾ ਬਹੁਤ ਜਲਦੀ ਹੋਰ ਵੀ ਮੈਂ ਮੋਡੀਫਾਈਡ ਕਰਾਵਾਂਗਾ ਸਪੀਕਰਸ ਹੋਰ ਹੋ ਗਏ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਸੋ ਉਮੀਦ ਕਰਦਾ ਕਿ ਤੁਹਾਨੂੰ ਇਹ ਮੇਰਾ ਬੁਲਟ ਪਸੰਦ ਆਇਆ ਹੋਊਗਾ ਜੋ ਮੋਡੀਫਾਈਡ ਆ ਤੁਹਾਨੂੰ ਅੱਛੀ ਲੱਗੀ ਹੋਏਗੀ ਸੋ ਹੋਰ ਜਾਣਕਾਰੀ ਲਈ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਕਮੈਂਟ ਬਾਕਸ ਦੇ ਵਿੱਚ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਸੋ ਥੈਂਕ ਯੂ ਜੀ ਥੈਂਕ ਯੂ ਲੋਟ